ਤੁਸੀਂ ਸੁਣ ਰਹੇ ਹੋ ਆਸਟ੍ਰੇਲੀਆ ਦਾ ਨੰਬਰ 1 ਰੇਡੀਓ ਸਟੇਸ਼ਨ ਰੇਡੀਓ ਹਾਂਜੀ। ਹੁਣ ਸਾਡੇ ਨਾਲ ਇਸ ਟਾਈਮ ਲਾਈਨ ਦੇ ਉੱਤੇ ਨੇ ਕਾਰਜ ਗਿੱਲ ਜੀ, ਜਿਹੜੇ ਕਿ ਚੱਲ ਮੇਰਾ ਪੁੱਤ ਦੇ ਪ੍ਰੋਡਿਊਸਰ ਨੇ। ਅਤੇ ਇੱਕ ਵਾਰੀ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਫਿਲਮ ਹਾਲੇ ਵੀ ਇਸ ਵੀਕ ਈਵਨ ਜ਼ਿਆਦਾ ਸਕਰੀਨ ਦੇ ਉੱਤੇ 8 ਸਕਰੀਨਸ ਜਿਹੜੀਆਂ ਨੇ ਉਹ ਪਹਿਲੇ ਵੀਕ ਦੇ ਨਾਲੋਂ ਵੀ ਵਧਾ ਦਿੱਤੀਆਂ ਗਈਆਂ ਨੇ। ਮੈਨੂੰ ਲੱਗਦਾ ਕਿ 2015 ਤੋਂ ਪਹਿਲੀ ਵਾਰ ਇੱਦਾਂ ਹੋਇਆ, ਅੰਗਰੇਜ਼ ਤੋਂ ਬਾਅਦ ਇੱਦਾਂ ਦੀ ਹਿਸਟਰੀ ਰਿਪੀਟ ਹੋਈ ਆ ਕਿ ਦੂਸਰੇ ਹਫ਼ਤੇ ਦੇ ਵਿੱਚ ਸਕਰੀਨ ਵਧੀਆ ਹੋਣ। ਕਿਆ ਬਾਤ! ਸੋ ਭਾਈ ਬਹੁਤ ਬਹੁਤ ਵਧਾਈਆਂ ਤੁਹਾਨੂੰ ਸਭ ਤੋਂ ਪਹਿਲਾਂ ਤਾਂ। ਇੰਟਰਵਿਊ ਕੀਤੀ ਸੀ ਉਹਦੇ ਵਿੱਚ ਥੋੜਾ ਜਿਹਾ ਜ਼ਿਕਰ ਹੋਇਆ ਸੀ ਬਹੁਤ ਜ਼ਿਆਦਾ ਟਿਕਟੋਕ ਤੇ ਇਹ ਸਾਰੇ ਥਾਵਾਂ ਤੇ ਬਹੁਤ ਫੇਮਸ ਹੈ ਤੇ ਉਹ ਅਕਸਰ ਹੀ ਗੱਲ ਕਰਦੇ ਇੱਕ ਵੀ ਉਹ ਉਹਨਾਂ ਦਾ ਡਰਾਮੇ ਦੇ ਵਿੱਚ ਇੱਕ ਡਾਇਲੋਗ ਸੀਗਾ ਤੇ ਜਿਹਦੇ ਚ ਮੁੜ ਕੇ ਟਿਕਟੋਕ ਬਹੁਤ ਬਣਿਆ ਕਿ ਇੱਕ ਲੱਤ ਰੱਖਣੀ ਹੈ ਇੱਥੇ ਤੇ ਇੱਕ ਹੱਥ ਰੱਖ ਕੇ ਇੱਥੇ ਦੂਜਾ ਹੱਥ ਰੱਖ ਕੇ ਇੱਥੇ ਤੇ ਚੱਲ ਮੇਰਾ ਪੁੱਤ ਤੇ ਉਹ ਉਹ ਵਾਲਾ ਜਿਹੜਾ ਸੀ ਨਾ ਉਹ ਅਸੀਂ ਜਦੋਂ ਬੈਠੇ ਬੈਠੇ ਡਿਸਕਸ ਕਰਦੇ ਰਹੇ ਤੇ ਸਾਨੂੰ ਮਤਲਬ ਉਹ ਗੱਲ ਵਿੱਚ ਨਿਕਲ ਆਈ। ਮੈਨੂੰ ਬੈਠੀ ਪਤਾ ਨੀ ਹੁਣ ਕਿਹੜੇ ਤਰੀਕੇ ਨਾਲ ਨਿਕਲ ਕੇ ਆਈ ਪਰ ਉਹ ਨਿਕਲ ਆਈ ਗੱਲ ਚੱਲ ਮੇਰਾ ਪੁੱਤ ਤੇ ਕਮਾਲ ਦੀ ਚੀਜ਼ ਨਿਕਲੀ ਹੈ ਭਾਈ। ਸ਼ਾਇਦ ਮੈਨੂੰ ਲੱਗਦਾ ਮੇਰੇ ਉਹ ਸਾਹਮਣੇ ਬੰਨੇ ਕਾਰਨਰ ਤੇ ਕੁਝ ਸ਼ਬਦ ਬੀਟਾ ਉਹ ਹੱਥ ਮਾਰੀ ਜਾਂਦਾ ਮੇਰਾ ਨਾਂ ਲਓ ਮੇਰਾ ਨਾਂ ਲਓ। ਭਾਈ ਜਿੱਦਾਂ ਦਾ ਕੰਮ ਕੀਤਾ ਹੁਣ ਤੇ ਨਾਂ ਲੈਣਾ ਬੰਦ ਹੀ ਹੈ। ਉਹਨੂੰ ਲੱਗਾ ਮੇਰਾ ਤੇ ਪਿਛਲੀ ਇੰਟਰਵਿਊ ਦੇ ਵਿੱਚ ਚਲੋ ਇੰਨਾ ਹੱਥ ਹੈਗਾ ਸੀ ਕਿ ਮੈਂ ਫੋਨ ਫੜ ਕੇ ਕਦੀ ਉਹਨਾਂ ਦੇ ਮੂੰਹ ਅੱਗੇ ਕਰਦਾ ਕਦੀ ਉਹਨਾਂ ਦੇ ਮੂੰਹ ਅੱਗੇ ਕਰਦਾ ਹਾਂ। ਉਹਨੂੰ ਲੱਗਣ ਦਿਆ ਨੁੱਕਰ ਵਿੱਚ ਉਹਨੂੰ ਮੇਰਾ ਦੇ ਵਿੱਚ ਕੁਝ ਬਣਿਆ ਹੀ ਨਹੀਂ, ਉਹ ਕਹਿੰਦਾ ਮੇਰਾ ਨਾਂ ਹੀ ਲੈ ਦੂ ਘੱਟੋ ਘੱਟ ਮੈਂ ਕਿਹਾ। ਗੁਰਸ਼ਬਦ ਵੀ ਸੀ ਹਨਾ ਸਾਰੇ ਜਣੇ ਆਪਾਂ ਸਾਰੀ ਪੂਰੀ ਦੀ ਪੂਰੀ ਕਾਸਟ ਫੋਟੋ ਵੇਖੀ ਤੇ ਉਸ ਤੋਂ ਬਾਅਦ ਵਿੱਚ ਅਸੀਂ ਬੈਠੇ ਹੋ ਅੰਦਾਜ਼ਾ ਲਾਉਂਦੇ ਵੀ ਚੱਲ ਮੇਰਾ ਪੁੱਤ ਚ ਨਾ ਪੱਕੀ ਗੱਲ ਪੁੱਤ ਗੁਰਸ਼ਬਦ ਨਾ ਚੱਲ ਮੇਰਾ ਪੁੱਤ ਐ ਨੂੰ ਚੱਲ ਮੇਰਾ ਪੁੱਤ ਇੱਧਰ ਨਹੀਂ। ਹੁਣ ਵੀ ਮੈਨੂੰ ਭੁਲੇਖਾ ਪੈ ਗਿਆ ਹੁਣ ਅਸੀਂ ਬੈਠੇ ਹਾਂ ਸਾਰੇ ਜਣੇ ਭਰਾ ਦੁਬਈ ਠੀਕ ਆ ਇਸ ਇੱਕ ਦੀ ਇੱਕ ਰਿਲੀਜ਼ ਅੱਜ ਹੋਈ ਆ ਉਹਦਾ ਪ੍ਰੀਮੀਅਰ ਸੀਗਾ ਇੱਕ ਦੀ ਪਾਰਟੀ ਕਰਨ ਵਾਸਤੇ ਨਾ ਸਾਰੇ ਜਣੇ ਇੱਥੇ ਬੈਠੇ ਸੀ ਤੇ ਨਾਸਰ ਸਾਹਿਬ ਵੀ ਸੀਗੇ ਇਤਕਾਰ ਜੀ ਵੀ ਸੀਗੇ ਸ਼ਬਦ ਵੀ ਸੀਗਾ ਤੇ ਹੁਣ ਜਦੋਂ ਇਹਦੀ ਵਾਰੀ ਨੀ ਆਈ ਤੇ ਉੱਥੇ ਪਿੱਛੇ ਪਿੱਛੇ ਨਾਲ ਅਸੀਂ ਖਾ ਰਹੇ ਹਾਂ ਰੋਟੀ ਜਦੋਂ ਤੁਸੀਂ ਗੱਲ ਕੀਤੀ ਨਾ ਨਾਂ ਕਿੱਥੋਂ ਆਏ ਨੇ ਹੱਥ ਕੀਤਾ ਹੱਥ ਕੀਤਾ ਮੈਂ ਇਹ ਸਮਝਦਾ ਰਿਹਾ ਮੇਰੇ ਪੁੱਛਣ ਦਾ ਵੀ ਆਹ ਜਿਹੜਾ ਫੁਲਕਾ ਪਾਇਆ ਇੱਕ ਮੈਂ ਕਾਲਾ ਤੇ ਮੈਂ ਵੀ ਸਾਰਾ ਕਹਿੰਦੇ ਕਾਲਾ ਕੋਈ ਮੈਨੂੰ ਬਾਅਦ ਚ ਪਤਾ ਲੱਗਿਆ ਵੀ ਇਹ ਕਹਿੰਦੇ ਮੇਰਾ ਨਾਂ ਲਓ ਜੇ ਭਰਾ ਸਾਡੇ ਦਾ ਫੁਲਕਾ ਖਤਮ ਹੋ ਗਿਆ ਹੋਵੇ ਤੇ ਆਪਾਂ ਇਦਕੋ ਵਾਲੀ ਭਾਸ਼ਾ ਹੀ ਕਰਾ ਲਈਏ ਯਾਰ। ਸੋ ਦੋਸਤੋ ਚੱਲ ਮੇਰਾ ਪੁੱਤ ਅਜੇ ਵੀ ਜੀ ਰਾਜ ਕਰ ਰਹੀ ਹੈ ਸਿਨੇਮਿਆਂ ਦੇ ਉੱਤੇ ਤੇ ਸਾਡੀ ਬੇਨਤੀ ਆ ਕਿ ਜਿਹਨਾਂ ਨੇ ਨਹੀਂ ਵੇਖੀ ਉਹ ਜ਼ਰਾ ਜਾ ਕੇ ਮੁੜ ਦੁਬਾਰਾ ਚੱਲ ਮੇਰਾ ਪੁੱਤ ਜ਼ਰੂਰ ਵੇਖਿਓ ਔਰ ਹੋਰ ਵਧੇਰੇ ਜਾਣਕਾਰੀਆਂ ਤੁਹਾਡੇ ਤੱਕ ਔਰ ਸਿਨੇਮਾ ਸਕਰੀਨ ਤੇ ਸਾਡੇ ਫੇਸਬੁੱਕ ਪੇਜ ਦੇ ਉੱਤੋਂ ਤੁਸੀਂ ਲੈ ਸਕਦੇ ਹੋ ਹੋਰ ਜਾਣਕਾਰੀਆਂ ਜੀ। ਗਿੱਲ ਸਾਹਿਬ ਸਾਡੇ ਨਾਲ ਨੇ ਜੀ, ਕਾਰਜ ਗਿੱਲ ਜੀ, ਸੋ ਜਿਹਨਾਂ ਨੇ ਲਾਏ ਪੈਸੇ ਤੇ ਕਾਫੀ ਬਣ ਗਏ ਨੇ ਵੈਸੇ ਭਾਈ ਆਹ ਜਿਹੜਾ ਲਿਖਦੇ ਆ ਵੀ ਇੰਨੇ ਮੇਰਾ ਤੇ ਉਹ ਹਾਲ ਕੀਤਾ ਜਿਵੇਂ
ਕੋਈ ਵੱਡਾ ਦੀਵਾਨ ਲੱਗਾ ਹੁੰਦਾ ਨਾ ਤੇ ਵਿੱਚ ਮਾੜਾ ਕਮਿਸ਼ਨ ਨੀ ਹੁੰਦਾ ਇੱਕ ਜਿਹਨੂੰ ਵਹਿ ਰੱਖਿਆ ਹੁੰਦਾ ਵੀ ਜਦੋਂ ਕੋਈ ਮੇਨ ਕਮਿਸ਼ਨ ਇੱਧਰ ਉੱਧਰ ਹੋਣਗੇ ਤੇ ਉਹਨੂੰ ਲਾਣਾ ਚੱਲ ਤੂੰ ਇੱਕ ਗਾ ਹੁੰਦਾ ਵਾ ਜਿੰਨਾ ਚਿਰ ਲੋਕ ਨੀ ਆਉਂਦੇ ਉਹਨਾਂ ਚਿਰ ਮੈਨੂੰ ਤੁਸੀਂ ਨਾ ਲਾਈਟ ਨੀ ਲੈ ਰਹੇ ਹੋ ਸਾਰਾ ਮੇਨ ਕੰਮ ਮੁੱਕ ਜਾਂਦਾ ਮੁੜ ਕੇ ਮੈਨੂੰ ਫੜਾਉਂਦੇ ਵੀ ਲੈ ਫੜ ਚੱਲ ਤੂੰ ਜਿਹੜੇ ਚਿਰ ਅਗਲਾ ਬੰਦਾ ਨੀ ਆਉਂਦਾ ਤੂੰ ਕੈਮ ਨਹੀਂ ਭਾਈ ਅਸੀਂ ਮਾੜੀ ਜਿਹੀ ਕਲੈਰਿਟੀ ਦੇ ਦਿੰਦੇ ਹਾਂ ਵੀ ਇਹ ਥੋੜੀ ਕੀਤਿਆਂ ਨਹੀਂ ਹੱਥ ਆਉਂਦੇ ਹਾਂਜੀ ਇਹ ਵੀਰਾਂ ਦੇ ਹੱਥ ਆਉਂਦੇ ਆ ਮੀਡੀਆ ਦੇ ਹੱਥ ਨਹੀਂ ਆਉਂਦੇ ਇਹ ਵੀ ਸੱਚ ਹੈ ਜੀ ਅਸੀਂ ਭਾਈ ਅਸਲ ਵੈ ਅਸਲ ਲਾਮਾ ਤੁਹਾਡੇ ਨਾਲ ਬੰਦਾ ਸੀ ਵੀ ਆਸਟ੍ਰੇਲੀਆ ਦੇ ਰਿਕਾਰਡ ਹੈ ਨਾ ਵੀ ਸਾਰੀ ਬੱਲੇ ਬੱਲੇ ਤੇ ਪਾਰਟੀ ਉੱਥੇ ਚੱਲ ਰਹੀ ਆ ਉਹ ਕੀ ਚੱਕਰ ਆ ਪੋਸਟਰ ਪਾਏ ਜਾਂਦੇ ਆ ਨਾ ਵੀ ਆ ਵੀ ਇੰਨੇ ਪੈਸੇ ਹੋ ਗਏ ਆ ਨਾ ਕਿੰਨੇ ਵਾਹ ਵਾਹੀ ਉਹ ਪਹਿਲਾਂ ਸਾਨੂੰ ਤਾਂ ਮਤਲਬ ਪਹਿਲੀ ਗੱਲ ਤੇ ਕਾਈ ਦਾ ਹੀ ਕਰਕੇ ਵੇਖਣਾ ਪੈਂਦਾ ਵੀ ਕਿੰਨੇ ਆ ਹਨਾ ਉਹ ਵਾਹ ਵਾਹੀ ਹੁੰਦੇ ਆ ਕਿੱਥੇ ਰੱਖੀ ਦੇ ਆ ਯਾਰ ਮੈਨੂੰ ਲੱਗਦਾ ਮੈਂ ਵੀ ਇੱਦਾਂ ਕਰਨਾ ਇੱਕ ਵਾਰੀ ਹੁਣ ਮੰਨ ਲਓ ਕੋਈ ਕਿਸੇ ਦਾ ਰਿਕਾਰਡ ਬਣਿਆ ਹੋਇਆ ਨਾ ਤੇ ਮੰਨ ਲਓ ਕਿ ਰਿਕਾਰਡ ਬਣਿਆ 50 ਰੁਪਏ ਦਾ ਮੇਰਾ ਬਿਜ਼ਨਸ ਚੱਲ ਗਿਆ 85 ਰੁਪਏ ਆਪ ਦੇਖਣ ਲੈ ਲਓ ਰਿਕਾਰਡ ਤੋੜੀ ਉਹਨਾਂ ਨੇ ਭਾਵੇਂ ਸਾਰੇ ਰਿਸ਼ਤੇਦਾਰਾਂ ਨੂੰ ਅੱਗੇ ਟਿਕਟੀਆਂ ਲਾਈਆਂ ਹੁਣ ਵੀ ਯਾਰ 150 ਟਿਕਟ ਇਕੱਠੀ ਕਰਨੀ ਹੈ ਜਿਸ ਮਰਜ਼ੀ ਇਹ 15 ਪੈਸੇ ਪੂਰੇ ਕਰਨੇ ਨੇ ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਵੀਰ ਜੀ 15 ਰੁਪਏ ਕਰਨੇ ਤੇ ਜਦੋਂ ਹੀ 50 ਰੁਪਏ ਤੇ 1 ਪੈਸਾ ਹੋਇਆ ਨਾ ਤੇ ਨਾਲ ਹੀ ਅਨਾਊਂਸਮੈਂਟ ਕਰ ਦੇਣੀ ਸਾਡੇ ਪੋਸਟਰ ਤਿਆਰ ਪਏ ਨੇ ਸਵਾਲ ਮੇਰਾ ਵੈਸੇ ਇਹ ਹੀ ਵੀ ਵਾਹਵਾ ਹੁੰਦੇ ਆ ਪੈਸੇ ਇੰਨੇ ਪਰ ਸੱਚੀ ਆਉਂਦੇ ਆ ਇਹ ਆ ਜਿਹੜੇ ਕਹਿੰਦੇ ਆ ਆਉਂਦੇ ਹੈਗੇ ਆ ਸੱਚੀ ਆਉਂਦੇ ਆ ਇਹ ਕਿੱਥੇ ਰੱਖੀਦੇ ਆ ਇੱਦਾਂ ਹੀ ਦੁਬਈ ਲੱਗ ਜਾਂਦੇ ਆ ਦੁਬਈ ਲੱਗ ਜਾਂਦੇ ਆ ਤੁਸੀਂ ਦੁਬਈ ਚਲ ਗਏ ਜਾਂ ਗੁਰਸ਼ਬਦ ਸ਼ੇਖਾਂ ਨੂੰ ਖਵਾ ਨਾ ਆਇਓ ਪਤਾ ਲੱਗੇ ਚੱਲ ਮੇਰਾ ਪੁੱਤ ਜੀ ਨਾ ਸਾਰੀ ਟੀਮ ਨਹੀਂ ਉਹ ਵੀ ਠੀਕ ਸੀ ਲਾਭ ਹੀ ਹੈਗਾ ਇਸ ਕਰਕੇ ਯਾਰ ਮੇਰੇ ਭਰਾਵੋ ਉੱਠੋ ਯਾਰ ਮੇਰੇ ਵੀਰ ਆਸਟ੍ਰੇਲੀਆ ਮਤਲਬ ਅੱਗੇ ਬਹੁਤ ਪਿਆਰ ਦੇ ਰਿਹਾ ਹੋਰ ਅਪੀਲ ਕਰੋ ਕਿ ਥੋੜਾ ਜਿਹਾ ਹੋਰ ਜ਼ੋਰ ਲਾਓ ਅਸੀਂ ਵੀ ਰਿਕਾਰਡ ਪਈਏ ਸਾਡੇ 15 ਪੈਸੇ ਘਟਣ ਦੇ ਬਈ 2 ਦੀਆਂ ਗੱਲਾਂ ਬਾਤਾਂ ਚੱਲੀਆਂ ਨੇ ਤੇ ਉਹਦੇ ਬਾਰੇ ਕੁਛ ਮਤਲਬ ਆਸਟ੍ਰੇਲੀਆ ਮੈਂ ਸੁਣਨ ਦੇ ਵਿੱਚ ਆ ਰਿਹਾ ਵੀ ਆਸਟ੍ਰੇਲੀਆ ਚ ਬਣਾ ਰਹੇ ਹੋ ਤੁਸੀਂ ਧੰਨਵਾਦ
ਬਈ ਸੀਰੀਅਸਲੀ ਜਦੋਂ ਫਿਲਮ ਬਣ ਰਹੀ ਸੀ ਜਾਂ ਬਣ ਗਈ ਸੀ, ਆਪਾਂ ਨੂੰ ਉਮੀਦਾਂ ਸੀਗੀਆਂ ਕਿ ਇੰਨਾ ਪਿਆਰ ਮਿਲੂਗਾ? ਯਾਰ ਜਦੋਂ ਕੋਈ ਚੀਜ਼ ਬਣਾਉਂਦਾ ਵੀ ਫਿਲਮ ਜਾਂ ਕੋਈ ਵੀ ਚੀਜ਼ ਆਪਾਂ ਸ਼ੁਰੂ ਕਰਦੇ ਹਾਂ, ਆਪਾਂ ਨੂੰ ਇੱਕ ਆਸ ਹੁੰਦੀ ਹੈ ਕਿ ਹਾਂ ਇਹ ਕੰਮ ਚੱਲੂਗਾ, ਹੈ ਨਾ। ਆਪਾਂ ਕੋਈ ਰੈਸਟੋਰੈਂਟ ਖੋਲਦੇ ਹਾਂ, ਆਪਾਂ ਕੋਈ ਬੱਸ ਪਾਉਣ ਦਿੰਦੇ ਹਾਂ, ਆਪਾਂ ਕੋਈ ਫਿਲਮ ਬਣਾ ਦਿੰਦੇ ਹਾਂ, ਆਪਾਂ ਕੋਈ ਵੀ ਤੇ ਚੱਲੂਗਾ। ਪਰ ਕਿਸੇ ਵੇਲੇ ਪਤਾ ਏਦਾਂ ਲੱਗਦਾ ਵੀ ਯਾਰ ਬੱਸ ਦੇ ਜਿੰਨੇ ਗੇੜ ਲੱਗਣ ਦੇ ਲੋਕੀ ਉੱਤੇ ਵੀ ਪੈ ਪੈ ਜਾਣ ਡਿਆ ਯਾਰ। ਇਹ ਗੱਲ ਸਹੀ, ਦੂਜੀ ਬੱਸ ਪਾ ਲਈ ਹੁਣ ਦੂਜੀ ਬੱਸ ਪਾਈਏ ਨਾ ਪਾਈਏ, ਇਹ ਵੀ ਇਹਦਾ ਗੇੜਾ ਇੱਕ ਹੋਰ ਲਾ ਲਈਏ। ਤੁਸੀਂ ਬਾਈ ਪੱਕੇ ਪ੍ਰੋਡਿਊਸਰ ਹੋ ਗਏ ਜੇ ਦੂਜੀ ਬੱਸ ਤੇ ਆਉਂਦੇ ਹੀ ਨਹੀਂ ਯਾਰ। ਚਲੋ ਥੈਂਕ ਯੂ ਭਾਜੀ, ਥੈਂਕ ਯੂ ਵੈਰੀ ਮੱਚ, ਬਹੁਤ ਵਧੀਆ ਲੱਗਾ ਜੀ, ਔਰ ਆਸ ਉਮੀਦ ਹੈ ਕਿ ਇਸੇ ਤਰ੍ਹਾਂ ਸਾਨੂੰ ਵਧੀਆ ਫਿਲਮ ਦਿੰਦੇ ਰਹੋਗੇ। ਥੈਂਕ ਯੂ ਭਾਜੀ, ਥੈਂਕ ਯੂ, ਬਹੁਤ ਬਹੁਤ ਮੁਬਾਰਕਾਂ ਤੇ ਥੈਂਕ ਯੂ ਤੁਹਾਡਾ। ਜਦੋਂ ਲਾਸਟ ਟਾਈਮ ਉੱਥੇ ਆਸਟ੍ਰੇਲੀਆ ਆਏ ਸ਼ੋਅ ਤੇ, ਮੈਂ ਉਦੋਂ ਵੀ ਕਿਹਾ ਸੀ ਕਿ ਮਤਲਬ ਜਦੋਂ ਫਿਲਮ ਰਿਲੀਜ਼ ਕਰਨੀ ਹੁੰਦੀ ਤੇ ਆਸਟ੍ਰੇਲੀਆ ਰਿਲੀਜ਼ ਕਰਨ ਵਾਸਤੇ ਸਾਡੇ ਮਨ 'ਚ ਕਦੀ ਵੀ ਕੋਈ ਡਾਊਟ ਨਹੀਂ ਹੁੰਦਾ, ਐਂ ਲੱਗਦਾ ਕਿ ਜਿਵੇਂ ਆਪਣੇ ਘਰੇ ਫਿਲਮ ਰਿਲੀਜ਼ ਕਰ ਰਹੇ ਹਾਂ, ਆਪਣੇ ਘਰੇ ਸ਼ੋਅ ਕਰ ਰਹੇ ਹਾਂ, ਆਪਣੇ ਘਰੇ ਸਾਰਾ ਕੁਛ ਕਰ ਰਹੇ ਹਾਂ। ਆਮ ਰੀਲੀ ਵੈਰੀ ਥੈਂਕਫੁਲ ਹੈ ਨਾ ਇਹ ਸਭ ਕਹੇ ਦਾ, ਜਿਹੜੇ ਹਿਸਾਬ ਨਾਲ ਰਿਸਪੋਂਸ ਮਿਲਿਆ, ਜਿਹੜੇ ਤਰੀਕੇ ਨਾਲ ਤੁਸੀਂ ਪਿਆਰ ਕਰ ਰਹੇ ਹੋ ਆਸਟ੍ਰੇਲੀਆ ਵਾਲੇ, ਤੇ ਥੈਂਕ ਯੂ ਵੈਰੀ ਮੱਚ ਬ੍ਰਦਰ, ਥੈਂਕ ਯੂ ਸੀਰੀਅਸਲੀ। ਥੈਂਕ ਯੂ ਭਾਜੀ, ਥੈਂਕ ਯੂ ਤੁਹਾਡਾ ਟਾਈਮ ਦੇਣਾ ਤੇ ਇੰਨੀ ਸੋਹਣੀ ਫਿਲਮ। ਬਿਲਕੁਲ, ਮੈਨੂੰ ਲੱਗਦਾ ਕਿ ਰਿਦਮ ਬੋਇਜ਼ ਦੀ ਜਦੋਂ ਫਿਲਮ ਆਉਂਦੀ ਹੈ ਕਿ ਜਿਹੜੀ ਤਰੋ ਤਾਜ਼ਗੀ ਸਾਨੂੰ ਮਿਲ ਜਾਂਦੀ, ਸਾਰਿਆਂ ਨੂੰ ਮਿਲ ਜਾਂਦੀ, ਹਰ ਕੋਈ ਇਹ ਵੇਟ ਕਰ ਰਿਹਾ ਹੁੰਦਾ, ਕਿਉਂਕਿ ਬਹੁਤ ਵਾਰੀ ਇੱਦਾਂ ਹੁੰਦਾ ਕਿ ਤੁਹਾਨੂੰ ਬਾਰ ਬਾਰ ਉਹੀ ਚੀਜ਼ਾਂ ਵੇਖਣ ਨੂੰ ਮਿਲਦੀਆਂ ਨੇ, ਪਰ ਇੱਕ ਜਿਹੜੀ ਤੁਸੀਂ ਤਾਜ਼ਗੀ ਦੇ ਜਾਂਦੇ ਹੋ ਨਾ ਅਤੇ ਹਵਾ ਦੇ ਬੁੱਲੇ ਜਿਹੜੇ ਉਹ ਲੈ ਕੇ ਆਉਂਦੇ ਹੋ, ਅਤੇ ਕਹਿੰਦਾ ਵਾ ਵਾਕਈ ਯਾਰ, ਜੇ ਗਰਮੀ ਆ ਤਾਂ ਤੁਹਾਨੂੰ ਠੰਡ ਲੱਗਦੀ ਹੈ, ਅਤੇ ਜੇ ਠੰਡ ਆ ਤਾਂ ਤੁਹਾਨੂੰ ਸਰਦ ਮਿਲ ਜਾਂਦੀ, ਕਹਿੰਦੇ ਨਾ ਵੀ ਗਰਮੀ ਮਿਲ ਜਾਂਦੀ ਆ। ਸੋ ਉਹ ਚੀਜ਼ ਆ ਰਿਦਮ ਬੋਇਜ਼ ਦੇ ਕੋਲ। ਥੈਂਕ ਯੂ ਭਾਜੀ, ਇੰਨੀਆਂ ਵਧੀਆ ਫਿਲਮਾਂ ਸਾਨੂੰ ਸਾਰਿਆਂ ਨੂੰ ਦੇਣ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ ਸਿਆਣੀ ਗੱਲ ਕਰਨ ਚਲੋ ਠੀਕ ਹੈ ਮੇਰੇ, ਥੈਂਕ ਯੂ ਜੀ, ਥੈਂਕ ਯੂ ਵੈਰੀ ਮੱਚ, ਥੈਂਕ ਯੂ। ਸੋ ਲੈਂਦੇ ਹਾਂ ਜੀ ਇਜਾਜ਼ਤ ਦੋਸਤੋ ਤੁਹਾਡੇ ਕੋਲੋਂ ਵੀ ਇੱਧਰ ਲਾਫਟਰ ਥੈਰੇਪੀ ਦੇ ਵਿੱਚੋਂ, ਅਤੇ ਉਮੀਦ ਕਰਦੇ ਹਾਂ ਕਿ ਅੱਜ ਦੀ ਲਾਫਟਰ ਥੈਰੇਪੀ ਨੂੰ ਤੁਸੀਂ ਬਹੁਤ ਬਹੁਤ ਜਿਹੜਾ ਅੱਜ ਦੀ ਲਾਫਟਰ ਥੈਰੇਪੀ ਦਾ ਆਨੰਦ ਲਿਆ ਹੋਊਗਾ, ਅਤੇ ਸਾਨੂੰ ਵੀ ਦਿਓ ਇਜਾਜ਼ਤ, ਅਸੀਂ ਪਾਣੀ ਧਾਣੀ ਪੀਏ ਅਤੇ ਫਿਰ ਦੁਬਾਰਾ ਹਾਜ਼ਰੀ ਲਵਾਉਂਦੇ ਹਾਂ ਜੀ। ਰੇਡੀਓ ਹਾਂਜੀ 1674।